हर साल की तरह इस बार भी चंडीगढ़ रोड नज़दीक बर्दमान मिल विखे अमर सर्कस का आरंभ होने जा रहा है। ये जानकारी वरिंदर कपूर ने दिती। उन्होंने दसाया है कि बड़े लंबे अरसे बाद यह सर्कस पंजाब के मानचेस्टर शहर लुधियाना विखे कल 13 अगस्त 2022 आरंभ होगी। तो इसका उद्घाटन विधायक दलजीत सिंह गरेवाल और अशोक पराशर पप्पी करेंगे। उन्होंने दसाया है कि रोजाना 3 शो 1 बजे 4 बजे और शाम 7:30 बजे हो गए। ਵੀਰੇ ਐਤਕੀ ਅਸੀਂ ਲੁਧਿਆਣੇ ਦੇ ਸ਼ਹਿਰ ਦੇ ਵਾਸੀਆਂ ਲਈ ਅਮਰ ਸਰਕਸ ਲੈ ਕੇ ਆਏ ਹਾਂ। ਇਹ ਲੁਧਿਆਣੇ 'ਚ 20 ਸਾਲ ਬਾਅਦ ਸਰਕਸ ਆਈ ਹੈ। ਇੱਥੇ ਅੱਗੇ ਲੁਧਿਆਣੇ 'ਚ 20 ਸਾਲ ਪਹਿਲੇ ਇਹ ਸਰਕਸ ਲੱਗੀ ਸੀ, ਜਿਸ ਬਹੁਤ ਅਮੀਰ ਪੋਪ ਰਸ਼ ਦੇ ਨਾਲ ਇਹਨੂੰ ਸਰਕਸ ਨੂੰ ਮਨੋਰੰਜਨ ਹੋਇਆ ਸੀਗਾ। ਇਹ ਬੰਬੇ ਦੀ ਸਰਕਸ ਹੈ ਵੀਰੇ, ਇਹਦੇ 'ਚ ਅਫਰੀਕਨ ਕਲਾਕਾਰ, ਚਾਈਨੀਜ਼ ਕਲਾਕਾਰ, ਮੰਗੋਲੀਅਨ ਕਲਾਕਾਰ, ਸਾਰੇ ਆਰਟਿਸਟ ਬਾਹਰੋਂ ਆਏ ਨੇ। ਇਹ ਸਰਕਸ ਜਿਹੜੀ ਹੈ ਫਿਰ ਪ੍ਰਾਚੀਨ ਸਰਕਸ ਹੈ, ਜਿੱਦਾਂ ਆਪਣੇ ਸਰਕਸਾਂ 'ਚ ਜਦੋਂ ਸਰਕਸ ਇੱਕ ਬਣੀ ਸੀਗੀ, ਇਹ ਉਹਨਾਂ ਸਰਕਸਾਂ 'ਚ ਹੈ ਜਿੱਦਾਂ ਬੰਬੇ ਸਰਕਸ, ਅਮਰ ਸਰਕਸ, ਪੁਰਾਣੀਆਂ ਸਰਕਸਾਂ ਨੂੰ ਜੋ ਅਸੀਂ ਲੈ ਕੇ ਚੱਲ ਰਹੇ ਹਾਂ, ਆਪਣੇ ਪ੍ਰਕਿਰਤ ਨੂੰ ਲੈ ਕੇ ਚੱਲ ਰਹੇ ਹਾਂ, ਮੇਲਿਆਂ ਨੂੰ ਲੈ ਕੇ ਚੱਲ ਰਹੇ ਹਾਂ, ਇਹ ਉਹਨਾਂ ਸਰਕਸਾਂ ਦੇ ਵਿੱਚੋਂ ਇੱਕ ਸਰਕਸ ਹੈ। ਅਤੇ ਲੁਧਿਆਣਾ ਵਾਸੀਆਂ ਲਈ ਬਾਹਰਲੇ ਸ਼ਹਿਰਾਂ 'ਚ ਜਾ ਕੇ ਦੇਖਣ ਨੂੰ, ਦਿੱਲੀ ਜਾ ਕੇ ਜਾਂ ਬੰਬੇ ਜਾ ਕੇ ਇਹ ਸਰਕਸਾਂ ਦੇਖਣ ਨੂੰ ਮਿਲਦੀਆਂ ਨੇ। ਅਸੀਂ ਇਸ ਵਾਰੀ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਵਰਧਮਾਨ ਮਿਲ ਦੇ ਸਾਹਮਣੇ ਇਹਨੂੰ ਲੁਧਿਆਣੇ ਸਰਕਸ ਨੂੰ ਅਮਰ ਸਰਕਸ ਇੱਥੇ ਲਗਾ ਰਹੇ ਹਾਂ। ਅਸੀਂ ਲੋਕਾਂ ਨੂੰ ਇਹੀ ਕਹਾਂਗੇ ਕਿ ਪੂਰੇ ਰੁਝਾਨ ਦੇ ਨਾਲ ਇਹਨੂੰ ਆ ਕੇ ਬੱਚਿਆਂ ਦੇ ਨਾਲ ਇਸਦਾ ਇੰਜੋਏ ਕਰੋ। ਕਦੋਂ ਤੋਂ ਸ਼ੁਰੂ ਹੋਇਆ ਜੀ ਇਹ? ਵੀਰੇ ਕੱਲ੍ਹ ਤੋਂ ਓਪਨਿੰਗ ਕੀਤੀ ਜਾ ਰਹੀ ਹੈ। 13 ਅਗਸਤ ਸ਼ਨੀਵਾਰ ਦਿਨ ਨੂੰ MLA ਦਲਜੀਤ ਸਿੰਘ ਭੋਲਾ ਐਂਡ ਸ਼ੋਅ ਪ੍ਰੈਸ਼ਰ ਪੱਪੀ ਜੀ ਵੱਲੋਂ ਓਪਨਿੰਗ ਕੀਤੀ ਜਾਊਗੀ। ਅਤੇ ਇਸਦਾ ਪਹਿਲਾ 3 ਸ਼ੋਅ ਕੀਤੇ ਜਾਣਗੇ। ਪਹਿਲਾ ਸ਼ੋਅ 1 ਵਜੇ, ਦੂਸਰਾ ਸ਼ੋਅ 4 ਵਜੇ, ਤੀਜਾ ਸ਼ੋਅ 7:30 ਵਜੇ। ਕੱਲ੍ਹ ਦਾ ਸ਼ੋਅ 7:30 ਵਜੇ ਦਾ ਹੋਊਗਾ ਓਪਨਿੰਗ ਸ਼ੋਅ। ਅਤੇ ਇਹ ਰੋਜ਼ਾਨਾ 3 ਸ਼ੋਅ ਕੀਤੇ ਜਾਣਗੇ। 1 ਮਹੀਨੇ ਲਈ ਇੱਥੇ ਗਲਾਡਾ ਗਰਾਊਂਡ ਦੇ ਵਿੱਚ ਲਗਾਈ ਜਾ ਰਹੀ ਹੈ। ਮੈਂ ਲੋਕਾਂ ਨੂੰ ਕਹੂੰਗਾ ਰੋਜ਼ ਪ੍ਰਸਾਦ ਦੇ ਨਾਲ ਇਸ ਨੂੰ ਆ ਕੇ ਪ੍ਰਭੂਕ ਸਮੇਂ ਦੇ ਵਿੱਚ ਕੱਢ ਕੇ ਇਸਦਾ ਇੰਜੋਏ ਕਰੋ। ਇਸਦੀ ਟਿਕਟ ਵੀ ਬਹੁਤ ਘੱਟ ਰੱਖੀ ਗਈ ਹੈ, ਜਿਸ ਵਿੱਚ ਕਿ ਸਮਝਦਿਤ ਲੋਕ ਵੀ ਇਸਦਾ ਇੰਜੋਏਮੈਂਟ ਕਰ ਸਕਣ। 70 ਰੁਪਏ, 100 ਰੁਪਏ, 150 ਰੁਪਏ ਅਤੇ 200 ਰੁਪਏ, ਕਿ ਜਿਸ ਵਿੱਚ ਕਿ ਆਪਣੇ ਹਰ ਇੱਕ ਤਰ੍ਹਾਂ ਦਾ ਪਰਸਨ ਇਸ ਚੀਜ਼ ਨੂੰ ਦੇਖ ਸਕੇ ਅਤੇ ਇਸਦਾ ਇੰਜੋਏ ਕਰ ਸਕੇ। ਕੀ ਖਾਸ ਕੀ ਦੇਖਣ ਨੂੰ ਮਿਲੂਗਾ ਇਸ ਵਿੱਚ? ਵੀਰੇ ਫੋਰਨਰ ਕਲਾਕਾਰ ਨੇ, ਇਹ ਪ੍ਰਾਚੀਨ ਸਰਕਸ ਹੈ ਅਮਰ ਸਰਕਸ, ਜਿਹੜੀ ਬਾਹਰਲੇ ਆਪਾਂ ਦੇਸ਼ਾਂ 'ਚ ਜਾ ਕੇ ਅਫਰੀਕਨ, ਆਪਾਂ ਔਨਲਾਈਨ ਦੇਖਦੇ ਹਾਂ ਸਰਕਸਾਂ ਹੋ ਜਾ ਰਹੀਆਂ, ਅਸੀਂ ਔਨਲਾਈਨ ਦੇਖਦੇ ਹਾਂ ਉਹਨੂੰ ਚੀਜ਼ਾਂ ਨੂੰ, ਆਪਣੇ ਔਨਲਾਈਨ ਕਲਾਕਾਰਾਂ ਨੂੰ ਦੇਖਦੇ ਹਾਂ। ਇਸ ਵਿੱਚ ਤੁਹਾਨੂੰ ਲਾਈਵ ਅਫਰੀਕਨ ਕਲਾਕਾਰ ਦੇ ਸਟੰਟਸ, ਮੰਗੋਲੀਅਨ ਕਲਾਕਾਰ ਦੇ, ਚਾਈਨੀਜ਼ ਕਲਾਕਾਰ ਸਾਰੇ ਇੱਥੇ ਦੇਖਣ ਨੂੰ ਮਿਲਣਗੇ। ਪਹਿਲੀ ਵਾਰ ਆ ਰਹੇ ਬਾਹਰਲੇ ਕਲਾਕਾਰ? ਪਹਿਲੀ ਵਾਰੀ ਆਈ ਅਮਰ ਸਰਕਸ ਇੱਥੇ, ਪਹਿਲੀ ਵਾਰੀ ਆ ਰਹੀ ਹੈ ਅਤੇ ਬਾਹਰਲੇ ਕਲਾਕਾਰ ਵੀ ਜਿਹੜੇ ਨੇ ਬਾਹਰ ਆ ਰਹੇ ਨੇ, ਹੁਣ ਇਹਨਾਂ ਨੇ ਸਟੰਟ ਕਰਕੇ ਤੁਹਾਨੂੰ ਇੱਥੇ ਦਿਖਾਉਣਗੇ ਅਤੇ ਤੁਸੀਂ ਉਸ ਵਿੱਚ ਹੀ ਦੇਖ ਸਕਦੇ ਹੋ ਅਤੇ ਇੱਥੇ ਆ ਕੇ ਲਾਈਵ ਇਹਨਾਂ ਨੂੰ ਦੇਖ ਸਕਦੇ ਹੋ। ਲੁਧਿਆਣੇ 'ਚ ਪੰਜਾਬ 'ਚ ਪਹਿਲੀ ਵਾਰੀ ਅਮਰ ਸਰਕਸ ਲੁਧਿਆਣੇ ਵਿੱਚ? ਹਾਂਜੀ, ਟੋਟਲ ਸਰ ਆਪਣੇ ਕੋਲ 70 ਕਲਾਕਾਰ ਆਰਟਿਸਟ ਨੇ, ਜਿਹਦੇ ਵਿੱਚ ਅਲੱਗ ਅਲੱਗ ਆਰਟਿਸਟ ਨੇ, ਮੰਗੋਲੀਅਨ ਕਲਾਕਾਰ, ਅਫਰੀਕਨ ਕਲਾਕਾਰ, ਚਾਈਨੀਜ਼ ਕਲਾਕਾਰ ਅਤੇ ਇੰਡੀਅਨ ਕਲਾਕਾਰ, ਜਿਸ ਵਿੱਚ ਆਲ ਸਟੰਟਸ, ਮੂਵੀ ਕਲਿਪਸ, ਆਲ ਆਫ ਜੋਕਸ, ਕਮੇਡੀ, ਸਾਰੀਆਂ ਚੀਜ਼ਾਂ 'ਚ ਭਰੀਆਂ ਹੋਈਆਂ, ਜਿਸ 'ਚ ਫੁੱਲ ਆਫ ਇੰਜੋਏਮੈਂਟ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।